ਉਹ ਟੈਲੀਫੋਨ ਦੀ ਤਾਰ ਆ ਬੜਿਆਲੇ ਦੇ ਸਨ ਦੋ ਬੰਦੇ ਉਹਨਾਂ ਨੇ ਵੜ ਛੱਡੀ ਸੀ। ਅੱਛਾ, ਇੱਥੇ ਟੈਲੀਫੋਨ ਵੀ ਲੱਗਾ ਸੀ ਉਸ ਜ਼ਮਾਨੇ 'ਚ? ਹਾਂ, ਉਸ ਜ਼ਮਾਨੇ 'ਚ ਵੀ ਟੈਲੀਫੋਨ ਸੀ ਇਹਦੇ ਕੋਠੀ ਦੇ ਵਿੱਚ। ਹਾਂ, ਜਨਰੇਟਰ ਸੀ। ਹਾਂਜੀ, ਜਨਰੇਟਰ ਵੀ ਸੀ ਉਸ ਜ਼ਮਾਨੇ 'ਚ, ਜਨਰੇਟਰ ਵੀ ਸੀ, ਬਿਜਲੀ ਵੀ ਸੀ, ਬਿਜਲੀ ਦਾ ਫਲੈਸ਼ ਸਿਸਟਮ ਜਿਸ ਤਰ੍ਹਾਂ ਮਤਲਬ ਲੈਟਰ ਫਲੈਸ਼ ਨਹੀਂ ਸੀ? ਹਾਂਜੀ, ਫਲੈਸ਼ ਸਿਸਟਮ ਕੋਠੀ ਦੇ ਵਿੱਚ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਇਸ ਪਿੰਡ ਦੇ ਬਾਰੇ ਦੱਸੋ, ਇੱਥੇ ਜਦੋਂ ਤੁਸੀਂ ਆਏ ਹੋ, ਇੱਥੇ ਤੁਹਾਨੂੰ ਕਿਹੜੇ ਮਕਾਨ ਮਿਲੇ? ਸਾਨੂੰ ਸਾ ਕੋਠੀ ਮਿਲੀ ਸੀ, ਉਹ ਕੋਈ ਮਕਾਨ ਨਹੀਂ। ਕਿਹਦੀ ਕੋਠੀ ਹੈ ਜਿਹੜੀ ਹੈ ਬਾਹਰ ਤੁਹਾਡੇ ਪਿੰਡ ਦੇ ਵਿੱਚ ਹੈ? ਕਿਹਦੀ, ਕਿਹੜੇ ਬੰਦੇ ਦੀ, ਸਿੱਖ ਕਿਹੜੇ ਦੀ ਸੀ? ਇਹ ਉਹਦੀ ਸਰਦਾਰ ਮੰਗਲ ਸਿੰਘ ਦੀ ਸੇਵਾ ਪਿੰਡ ਜਿਹੜਾ ਆ ਉਹ ਚੜ ਗਿਆ ਤੁਹਾਡੇ ਉੱਤੇ, ਚੜ ਗਿਆ ਤੁਹਾਡੇ ਉੱਤੇ? ਹਾਂ, ਜਿੱਥੇ ਆਏ ਉੱਥੇ? ਹਾਂ, ਅਤੇ ਉਦੋਂ ਸਾਰੇ ਲੋਕ ਨਿਕਲ ਦੱਸ ਗਏ। ਨਹੀਂ, ਤੁਸੀਂ ਉਦੋਂ ਤੁਰ ਕੇ ਕਿੱਧਰ ਨੂੰ ਗਏ, ਕਿਹੜੇ ਪਿੰਡ ਬੈਠੇ ਜਾ ਕੇ ਫਿਰ ਆਪਣੇ ਪਿੰਡੋਂ ਨਿਕਲੇ? ਆਪਣੇ ਪਿੰਡੋਂ ਨਿਕਲੇ ਤਾਂ ਅਸੀਂ ਨਿਕਲੇ, ਉੱਥੇ ਨਾਲ ਪਿੰਡ ਸੀ ਇੱਕ ਸ਼ਿਮਲਾ। ਹਾਂਜੀ, ਉੱਥੇ ਸ਼ਿਮਲੇ 'ਚ ਗਏ ਤਾਂ ਉੱਥੇ ਵੀ ਕੋਈ ਨਹੀਂ, ਖਾਲੀ ਪਿਆ। ਉਹ ਵੀ ਮੁਸਲਮਾਨਾਂ ਦਾ ਪਿੰਡ ਸੀ? ਹਾਂ, ਮੁਸਲਮਾਨਾਂ ਦਾ ਪਿੰਡ ਸੀ। ਫਿਰ ਉਸ ਤੋਂ ਬਾਅਦ ਕਿੱਧਰ ਗਏ? ਉਸ ਤੋਂ ਅੱਗੇ ਫਿਰ ਪਿੰਡ ਸੀ ਇੱਕ ਮਾਜਰਾ, ਉਹਦੇ ਵਿੱਚ ਗਏ, ਉੱਥੇ ਗਏ ਤਾਂ ਉਹ ਵੀ ਖਾਲੀ। ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਆਦਾਬ ਸਾਰਿਆਂ ਨੂੰ। ਅੱਜ ਅਸੀਂ ਸ਼ਹਿਰ ਗੁਜਰਾਂਵਾਲਾ ਦੇ ਮਗਰਬ ਦੀ ਤਰਫ ਪਿੰਡ ਜਿਹਦਾ ਨਾਂ ਹੈ ਕੋਟ ਸ਼ੇਰਾ, ਅੱਜ ਅਸੀਂ ਤੁਹਾਨੂੰ ਉਹਦਾ ਵਿਊ ਦਿਖਾਉਣ ਵਾਸਤੇ ਇਸ ਪਿੰਡ ਵਿੱਚ ਆਏ ਹਾਂ। ਇਸ ਪਿੰਡ ਦੀ ਬਹੁਤ ਵੱਡੀ ਤਾਰੀਖ ਹੈ। ਇਸ ਪਿੰਡ ਦੇ ਵਿੱਚ ਮੰਗਲ ਸਿੰਘ ਨਾਮ ਦੇ ਇੱਕ ਸਿੱਖ ਜ਼ਿਮੀਂਦਾਰ ਦੀ ਹਵੇਲੀ ਹੈ, ਜੋ ਉਸ ਵੇਲਿਆਂ ਦੀ ਪੈਰਾ ਪਿੰਡਾਂ ਦੇ ਚੌਧਰੀ ਦੀ ਹਵੇਲੀ ਕਹਿਲਾਈ ਜਾਂਦੀ ਸੀ। ਇਹ ਹਵੇਲੀ ਮੰਗਲ ਸਿੰਘ ਦੀ ਆਪਣੀ ਮਾਲਕੀਅਤ ਸੀ ਅਤੇ ਅੰਗਰੇਜ਼ਾਂ ਦੇ ਦੌਰ ਵੇਲੇ ਇਹਨੂੰ ਮੰਗਲ ਸਿੰਘ ਨੂੰ ਮਜਿਸਟਰੇਟ ਦਾ ਦਰਜਾ ਦਿੱਤਾ ਗਿਆ ਸੀ। ਇਹਦੇ ਆਸੇ ਪਾਸੇ ਦੇ ਪਿੰਡ ਵਿੱਚ ਮੰਗਲ ਸਿੰਘ ਦੀ ਚਿਤਰਾਹਟ ਅਤੇ ਹਫ਼ਤਾਵਾਰ ਪੰਚਾਇਤ ਲੱਗਦੀ ਸੀ, ਜਿਹਦੇ ਵਿੱਚ ਮੰਗਲ ਸਿੰਘ ਸਜ਼ਾ ਅਤੇ ਜਜ਼ਾ ਦੇ ਫੈਸਲੇ ਸੁਣਾਉਂਦਾ ਸੀ। ਇੱਕ ਇਸ ਪਿੰਡ ਦੇ ਵਿੱਚ ਬਟਾਲਾ ਚੰਦਰ ਸਿੰਘ ਜਗ੍ਹਾ ਦਾ ਨਾਂ ਸੀ, ਉਹਨੂੰ ਜੇਲ੍ਹ ਨਵਾਂ ਬਣਾਇਆ ਗਿਆ ਸੀ, ਜਿਹਦੇ ਵਿੱਚ ਸਜ਼ਾ ਵਾਲੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਹੈ ਬਜ਼ੁਰਗ ਤੁਹਾਡਾ? ਸ਼ੁਕਰ ਅਲਹਮਦੁਲਿਲਾ ਜੀ। ਕੀ ਨਾਮ ਹੈ ਤੁਹਾਡਾ? ਮੁਹੰਮਦ ਅਸ਼ਰਫ। ਮੁਹੰਮਦ ਅਸ਼ਰਫ? ਅਸ਼ਰਫ ਜੀ। ਹਾਂ। ਅੱਛਾ ਜੀ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਮੁਹੰਮਦ ਅਜ਼ੀਮ। ਅਜ਼ੀਮ? ਅਜ਼ੀਮ। ਅਤੇ ਕਿਹੜੀ ਕੌਮ ਹੈ ਆਪਣੀ? ਗੁੱਜਰ। ਅਤੇ ਦਾਦਾ ਜੀ ਦਾ ਨਾਮ ਕੀ ਹੈ? ਨੱਥੂ। ਨੱਥੂ? ਹਾਂ ਜੀ। ਅਤੇ ਇਹ ਕਿਹੜਾ ਪਿੰਡ ਹੈ ਜਿੱਥੇ ਬੈਠੇ ਹੋ? ਇੱਥੇ? ਹਾਂ ਜੀ, ਇਹ ਵਾਲਾ ਕੋਟ ਸ਼ੇਰਾ। ਸ਼ੇਰਾਕੋਟ ਕੇ ਕੋਟ ਸ਼ੇਰਾ? ਕੋਟ ਸ਼ੇਰਾ। ਕੋਟ ਸ਼ੇਰਾ। ਇਹਦਾ ਜ਼ਿਲ੍ਹਾ ਕਿਹੜਾ? ਗੁਜਰਾਂਵਾਲਾ। ਅਤੇ ਤਹਿਸੀਲ? ਗੁਜਰਾਂਵਾਲਾ। ਗੁਜਰਾਂਵਾਲਾ। ਅਤੇ ਤੁਹਾਡਾ ਜਿਹੜਾ ਪਿਛੋਕੜ ਪਿੰਡ ਹੈ ਇੰਡੀਆ ਦਾ, ਉਹ ਕਿਹੜਾ, ਉਹਦਾ ਕੀ ਨਾਂ ਹੈ? ਉਹਦਾ ਨਾਂ ਹੈ ਜੀ ਨੂਰਪੁਰ। ਨੂਰਪੁਰ? ਹਾਂ, ਨੂਰਪੁਰ। ਨੂਰਪੁਰ ਗੁਜਰਾਂ। ਗੁਜਰਾਂ? ਹਾਂ, ਨੂਰਪੁਰ ਗੁਜਰਾਂ। ਹਾਂ, ਗੁਜਰਾਂ ਦੀ ਨੂਰਪੁਰ, ਦੋ ਨੂਰਪੁਰ ਸਨ। ਕਿਹੜੇ ਕਿਹੜੇ ਦੱਸੋ? ਇੱਕ ਨੂਰਪੁਰ ਮੁਗਲਾਨ ਸੀ, ਇੱਕ ਨੂਰਪੁਰ ਗੁਜਰਾਂ ਸੀ। ਹਾਂਜੀ, ਅਤੇ ਜਿਹੜੇ ਨੂਰਪੁਰ ਗੁਜਰਾਂ ਸੀ ਉੱਥੇ ਗੁਜਰ ਰਹਿੰਦੇ ਸੀ ਸਾਰੇ? ਜੀ ਹਾਂ। ਅਤੇ ਜਿਹੜੇ ਦੂਸਰਾ ਸੀ ਮੁਗਲਾਂ, ਉੱਥੇ ਮੁਗਲ ਸਨ? ਉਹ ਉੱਥੇ ਮੁਗਲ ਸਨ। ਇਹਦੀ ਤਹਿਸੀਲ ਕਿਹੜੀ ਸੀ? ਪਾਣੀਪਤ। ਪਾਣੀਪਤ? ਹਾਂ। ਅਤੇ ਜ਼ਿਲ੍ਹਾ? ਕਰਨਾਲ। ਕਰਨਾਲ। ਕਿੱਡਾ ਕੁ ਪਿੰਡ ਸੀ ਤੁਹਾਡਾ ਉਹ ਜਿਹੜਾ ਇੰਡੀਆ ਵਾਲਾ? ਪਿੰਡ ਪੂਰਾ ਜਾ ਹੀ ਸੀ, ਦੋ ਪਿੰਡ ਸਨ। ਦੋ ਪਿੰਡ ਸੀ? ਹਾਂ।
ਨਹੀਂ ਕਿੰਨੀ ਕੁ ਆਬਾਦੀ ਹੋਣੀ ਹੈ? ਹੋਣੀ 400-500 ਘਰ? ਹਾਂ ਹੋਣੀ ਇੰਨੀ ਤੇ। ਕਿਹੜੀ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ ਉੱਥੇ? ਗੁੱਜਰ, ਹਾਂਜੀ, ਮੁਗਲ, ਹਾਂਜੀ, ਇਹ ਗੜ ਪਠਾਣਾ ਸਾਹਿਬ ਦਾ ਵੀ ਸੀ, ਹੋਰ ਕੁਝ ਕੰਬੀ ਕਾਰੀ ਸਨ। ਸਹੀ। ਤੇ ਸਿੱਖ ਕਿੰਨੇ ਕੁ ਸਨ? ਹੈਂ? ਸਿੱਖਾਂ ਦੇ ਪਿੰਡ ਕਿੰਨੇ, ਘਰ ਕਿੰਨੇ ਕੁ ਸਨ ਉੱਥੇ? ਸਿੱਖਾਂ ਦੇ ਨਹੀਂ ਸਨ, ਹਿੰਦੂਆਂ ਦੇ ਸਨ। ਹਿੰਦੂਆਂ ਦੇ ਸਨ? ਹਾਂ। ਨਾਂ ਪਤਾ ਨੇ ਉਹਨਾਂ ਦੇ ਹਿੰਦੂਆਂ ਦੇ? ਆਹੋ, ਕਈਆਂ ਦੇ ਪਤਾ ਵੀ ਹੈ, ਹੈ ਨੇ, ਯਾਦ ਤੇ ਦੱਸ ਦਵੋ। ਆਪਣੇ ਪਿੰਡ ਚ? ਹਾਂਜੀ, ਜਿਹੜਾ ਤੁਹਾਡਾ ਪੁਰਾਣਾ ਪਿੰਡ ਸੀ ਇੰਡੀਆ ਦਾ। ਅੱਛਾ। ਇੱਕ ਤਾਂ ਨਾਂ ਮਾਲੀ ਸੀ ਹਿੰਦੂ, ਉਹਦਾ ਨਾਮ ਸੀ ਖੈਮ ਲਾਲ। ਖੈਮ ਨਾਮ? ਖੈਮ ਲਾਲ। ਸਹੀ ਸਹੀ। ਖੈਮ ਲਾਲ? ਖੈਮ ਨਾਲ? ਲਾਲ ਲਾਲ ਲਾਲ, ਖੈਮ ਲਾਲ। ਹਾਂ, ਠੀਕ ਹੋ ਗਿਆ। ਕੀ ਮਾਲੀ ਸੀ? ਮਾਲੀ ਦਾ ਕੰਮ ਕਰਦਾ ਸੀ? ਮਾਲੀ ਸੀ। ਤੁਹਾਡੀ ਉਮਰ ਕਿੰਨੀ ਸੀ ਜਦੋਂ 47 ਦੀ ਵੰਡ ਹੋਈ ਹੈ? ਮੈਂ ਤੁਹਾਨੂੰ ਦੱਸਿਆ ਤਾਂ ਹੈ ਨਾ, ਹੁਣ ਇਹ ਮੈਨੂੰ ਵੀ ਨਹੀਂ ਯਾਦ। ਨਹੀਂ, ਤੁਹਾਡੀ ਸ਼ਾਦੀ ਹੋਈ ਸੀ? ਸ਼ਾਦੀ? ਬੱਚਾ, ਇੱਕ ਬੱਚੇ ਦਾ ਬਾਪ ਥਾ ਮੈਂ। ਅੱਛਾ, ਤੁਹਾਡੀ ਉਦੋਂ ਸ਼ਾਦੀ ਹੋਈ ਸੀ? ਕਿਹੜੇ ਪਿੰਡ ਸ਼ਾਦੀ ਹੋਈ ਸੀ ਤੁਹਾਡੀ ਉਦੋਂ? ਉੱਥੇ ਉਸ ਪਿੰਡ, ਉਹ ਬੜਾ ਵੱਡਾ ਪਿੰਡ ਸੀ, ਉਹਦਾ ਨਾਂ ਸੀ ਕਸਰੋਲੀ। ਕਸਰੋਲੀ? ਹਾਂ। ਉੱਥੇ ਤੁਹਾਡੀ ਸ਼ਾਦੀ ਹੋਈ? ਹਾਂਜੀ। ਤੇ ਬਰਾਤ ਜਦੋਂ ਗਈ ਹੈ, ਹਾਂਜੀ, ਉਹਦੇ ਬਾਰੇ ਦੱਸੋਗੇ? ਤੁਹਾਡੇ ਸਿੱਖ ਵੀ ਯਾਰ ਹੈ ਸਨ ਉੱਥੇ ਕਿ ਸਾਰੇ ਮੁਸਲਮਾਨ ਹੀ ਯਾਰ? ਉੱਥੇ ਤਾਂ ਮੁਸਲਮਾਨ ਹੀ ਸਨ। ਸਿੱਖ ਵੀ ਜਾਂਦੇ ਸੀ ਵਿਆਹਾਂ ਸ਼ਾਦੀਆਂ ਤੇ? ਹਾਂ, ਜਾਂਦੇ ਸਨ। ਜਾਂਦੇ ਸਨ? ਉਹਨਾਂ ਦਾ ਵਰਤਾਓ ਕਿਸ ਤਰ੍ਹਾਂ ਦਾ ਸੀ ਤੁਹਾਡਾ ਮੇਲ ਜੋਲ? ਅੱਛਾ। ਤੁਹਾਡੇ ਬਜ਼ੁਰਗਾਂ ਦਾ? ਅੱਛਾ ਸੀ। ਤੇ ਇੰਡੀਆ ਦੇ ਵਿੱਚ ਕੀ ਕੰਮ ਕਰਦੇ ਸੀ ਤੁਹਾਡੇ ਬਜ਼ੁਰਗ ਜਾਂ ਤੁਸੀਂ? ਅਸੀਂ ਬਾਈ ਬੂਈ ਦਾ ਕੰਮ ਕਰਦੇ ਹਾਂ। ਅੱਛਾ, ਬਾਈ ਜ਼ਿਮੀਦਾਰਾ? ਜ਼ਿਮੀਦਾਰਾ। ਅੱਛਾ, ਜ਼ਿਮੀਦਾਰਾ ਕਰਦੇ ਸੀ। ਫੁੱਲ ਜਵਾਨੀ ਜੇ ਸੀ, 20-25 ਸਾਲ ਉਮਰ ਹੋਣੀ ਉਦੋਂ? ਹਾਂ ਤੁਹਾਡੀ? ਹਾਂ ਹੋਣੀ। ਇੱਕ ਬੇਟੇ ਦੇ ਬਾਪ ਸੀ ਤੁਸੀਂ? ਹਾਂ। ਤੇ ਮੈਨੂੰ ਦੱਸੋ, ਤੁਸੀਂ ਉਸ ਪਿੰਡੋਂ ਜਦੋਂ ਆਏ ਹੋ 47 ਦਾ, ਤੁਹਾਨੂੰ ਕਿਵੇਂ ਪਤਾ ਲੱਗਾ ਕਿ 47 ਦੀ ਵੰਡ ਪੈ ਗਈ ਹੈ? ਤੁਹਾਨੂੰ ਕੀ ਖਬਰਾਂ ਤੋਂ ਪਤਾ ਲੱਗਾ ਜਾਂ ਤੁਹਾਨੂੰ ਕਿਸੇ ਨੇ ਆ ਕੇ ਦੱਸਿਆ? ਤੁਹਾਡੇ ਪਿੰਡ ਕਿਹੜਾ ਲੰਬੜਦਾਰ ਸੀ ਉਸ ਪਿੰਡ ਦੇ ਵਿੱਚ ਤੁਹਾਡਾ? ਉਸ ਪਿੰਡ ਦੇ ਵਿੱਚ ਲੰਬੜਦਾਰ ਸੀ ਨਾ ਜਿਹੜਾ, ਉਹ ਤਾਂ ਮਰ ਗਿਆ ਸੀ। ਕੀ ਨਾਂ ਸੀ ਉਹਦਾ? ਇਮਾਮ ਅਲੀ। ਇਮਾਮ ਅਲੀ। ਤੇ ਉਹਦਾ ਪੁੱਤਰ ਸੀ ਇੱਕ, ਤੇ ਫਿਰ ਉਹ ਫੌਜੀ 'ਚ ਭਰਤੀ ਹੋ ਗਿਆ। ਫਿਰ ਫੌਜੀ 'ਚ ਭਰਤੀ ਹੋ ਕੇ ਫਿਰ ਨੱਸ ਗਿਆ ਉੱਥੋਂ। ਤੇ ਹਾਂ, ਤੇ ਲੰਬੜਦਾਰੀ ਦਾ ਕੰਮ ਖਚ ਖਰਾਬੇ ਦਾ ਹੀ ਸੀ। ਅੱਛਾ, ਮੁੱਕ ਗਿਆ ਕੰਮ ਤੁਹਾਡੇ ਪਿੰਡ? ਹਾਂ, ਲੰਬੜਦਾਰੀ ਖਤਮ ਹੋ ਗਈ ਇਸ ਤਰ੍ਹਾਂ? ਹਾਂ, ਇਸ ਤਰ੍ਹਾਂ ਖਤਮ ਹੀ ਹੋਈ ਸੀ ਉਸ ਟਾਈਮ 'ਚ। ਤੇ ਤੁਹਾਡੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਸਾਡੇ ਨਾਲ ਇੱਕ ਪਸੀਨਾ ਪਿੰਡ ਹੈ, ਉਹ ਲੱਗਦਾ ਸੀ। ਇੱਕ ਸ਼ਿਮਲਾ ਪਿੰਡ ਹੈ, ਸਹੀ, ਉਹ ਵੀ ਨਾਲ ਹੀ ਲੱਗਦਾ ਸੀ। ਸਹੀ ਸਹੀ। ਹੋਰ ਕਿਹੜੇ ਕਿਹੜੇ ਪਿੰਡ ਸੀ? ਹੋਰ ਵੱਡੇ ਜਿਹੜੇ ਪਿੰਡ ਸੀ? ਵੱਡੇ ਜਿਹੜੇ ਪਿੰਡ ਸੀ, ਇੱਕ ਹਿੰਦੂਆਂ ਦਾ ਪਿੰਡ ਸੀ, ਸੀਵਾ। ਸੀਵਾ? ਹਾਂ, ਸਹੀ ਹੈ। ਉੱਥੇ ਜ਼ਿਆਦਾ ਲੋਕ ਵਾਹੀ ਕਰਦੇ ਸਨ ਕਿ ਵਾਹੀ ਕਰਦੇ ਸਨ ਤੁਹਾਡੇ ਪਿੰਡ ਦੇ? ਹਾਂ ਜੀ, ਸਭ ਸਾਡੇ ਗੁਹਾਟੀ 'ਚ ਵੀ ਵਾਹੀ ਦਾ ਕਾਰੋਬਾਰ ਸੀ। ਉਹ ਕਿੰਨੀ ਕੁ ਜ਼ਮੀਨ ਸੀ ਉੱਥੇ ਤੁਹਾਡੀ? ਜ਼ਮੀਨ ਤਾਂ ਸਾਡੀ ਥੋੜ੍ਹੀ ਸੀ, ਬਾਕੀ ਉਹ ਹਿੱਸੇ ਠੇਕੇ 'ਤੇ ਲੈ ਕੇ ਬਣਦੇ। ਤੁਸੀਂ ਕਿੰਨੇ ਭਾਈ ਸੀ? ਅਸੀਂ 3 ਭਾਈ ਸਨ। ਕੀ ਕੀ ਨਾਂ ਸੀ ਉਹਨਾਂ ਦੇ? ਇੱਕ ਦਾ ਨਾਂ ਮੇਰੇ ਤੋਂ ਛੋਟਾ ਸੀ ਜਿਹੜਾ, ਉਹਦਾ ਨਾਂ ਸੀ ਅਫਲਾ, ਤੇ ਉਸ ਤੋਂ ਛੋਟਾ ਉਹਦਾ ਨਾਂ ਸੀ ਅਸਗਰ। ਅਸਗਰ? ਤੇ ਹੁਣ ਮੈਨੂੰ ਇਹ ਦੱਸੋ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੋ 47 ਦੀ ਵੰਡ ਹੋਈ ਹੈ? ਤੁਸੀਂ ਕਿਵੇਂ ਆਏ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਉਹਦੇ ਬਾਰੇ ਸਾਨੂੰ ਤਾਂ ਰਾਤ ਨੂੰ ਪਤਾ ਲੱਗਿਆ ਜਦੋਂ ਅਸੀਂ ਨੱਸੇ ਹਾਂ ਉਦੋਂ। ਕਿੱਥੋਂ ਨੱਸੇ? ਆਪਣੇ ਪਿੰਡੋਂ। ਕੀ ਉੱਥੇ ਹਮਲਾ ਹੋਇਆ ਸਿੱਖਾਂ ਦਾ? ਹਾਂ, ਉਹ ਦੂਸਰਾ ਪਿੰਡ ਸੀ ਨਾ ਜਿਹੜਾ ਮੁਗਲਾਂ ਦਾ, ਹਾਂਜੀ, ਉਹ ਦੂਰੋਂ ਕਿਸੇ ਬੰਦੇ ਨੇ ਆਵਾਜ਼ ਮਾਰੀ ਕਿ ਨਿਕਲ ਜਾਓ ਬਈ, ਆਓ, ਸੇਵਾ ਪਿੰਡ ਜਿਹੜਾ ਆ ਨਾ ਉਹ ਚੜ ਗਿਆ ਤੁਹਾਡੇ ਉੱਤੇ। ਚੜ ਗਿਆ ਤੁਹਾਡੇ ਉੱਤੇ? ਹਾਂ, ਜਿੱਥੇ ਆਏ ਉੱਥੇ? ਹਾਂ। ਤੇ ਉਦੋਂ ਸਾਰੇ ਲੋਕ ਨਿਕਲ ਕੇ ਦੱਸ ਗਏ। ਨਹੀਂ, ਤੁਸੀਂ ਉਦੋਂ ਤੁਰ ਕੇ ਕਿੱਧਰ ਨੂੰ ਗਏ? ਕਿਹੜੇ ਪਿੰਡ ਬੈਠੇ ਜਾ ਕੇ ਫਿਰ ਆਪਣੇ ਪਿੰਡੋਂ ਨਿਕਲੇ? ਆਪਣੇ ਪਿੰਡੋਂ ਨਿਕਲੇ ਤਾਂ ਅਸੀਂ ਨਿਕਲੇ, ਉੱਥੇ ਨਾਲ ਪਿੰਡ ਸੀ ਇੱਕ ਸ਼ਿਮਲਾ, ਹਾਂਜੀ, ਉੱਥੇ ਸ਼ਿਮਲੇ 'ਚ ਗਏ ਤਾਂ ਉੱਥੇ ਵੀ ਕੋਈ ਨਹੀਂ, ਖਾਲੀ ਪਿਆ। ਉਹ ਵੀ ਮੁਸਲਮਾਨਾਂ ਦਾ ਪਿੰਡ ਸੀ? ਹਾਂ, ਮੁਸਲਮਾਨਾਂ ਦਾ ਪਿੰਡ ਸੀ। ਫਿਰ ਉਸ ਤੋਂ ਬਾਅਦ ਕਿੱਧਰ ਗਏ? ਉਸ ਤੋਂ ਅੱਗੇ ਫਿਰ ਪਿੰਡ ਸੀ ਇੱਕ
ਮਾਜਰਾ ਉਹਦੇ ਵਿੱਚ ਗਏ, ਉੱਥੇ ਗਏ ਤਾਂ ਉਹ ਵੀ ਖਾਲੀ ਪਿਆ, ਉੱਥੇ ਵੀ ਕੁਛ ਵੀ ਕੁੱਤੇ ਟੋਕਦੇ ਨੇ ਪਏ। ਤੁਹਾਡਾ ਪੂਰਾ ਪਿੰਡ ਗਿਆ ਤੁਹਾਡੇ ਨਾਲ? ਹਾਂ, ਇਕੱਠੇ ਸਭ ਇਕੱਠੇ ਨਿਕਲ ਪਏ। ਟੁਰਦੇ ਟੁਰਦੇ ਅਸੀਂ ਤੇ ਦਰਿਆ ਆ ਜੇ ਅੱਗਾ ਹੱਦ ਦੇ ਉੱਤੇ, ਜਿਹੜਾ ਯੂਪੀ ਦੀ ਹੱਦ ਹੈ ਪੰਜਾਬ ਦੀ, ਉਹਦੇ ਉੱਤੇ ਚਲੇ ਗਏ ਦਿਨ ਚੜ੍ਹਦੇ ਨੂੰ। ਬਸ ਉੱਥੋਂ ਫਿਰ ਨਿਕਲ ਕੇ ਤੇ ਫਿਰ ਯੂਪੀ ਜਾ ਵੜੇ। ਤੁਸੀਂ ਵੇਖੇ ਬੰਦੇ ਮਰੇ ਮੁਰੇ ਉੱਥੇ ਕੋਈ, ਜਾਂ ਕਿਸੇ ਉੱਤੇ ਹਮਲਾ ਹੋਇਆ ਤੁਹਾਡੇ ਕਾਫਲੇ ਤੇ? ਨਾ, ਉਸ ਦਾ ਹਮਲਾ ਹੁਮਲਾ ਹੁਣ ਕੋਈ ਪਤਾ ਨਹੀਂ ਹੈ, ਦੂਰ ਹੀ ਦੂਰ ਆ। ਅਸੀਂ ਤਾਂ ਰੌਲਾ ਸੁਣ ਕੇ ਨਾ ਨਸ ਪਏ ਯੂਪੀ ਜਾ ਵੜੇ। ਅੱਛਾ, ਯੂਪੀ ਜਾ ਵੜੇ। ਤੇ ਫਿਰ ਉੱਥੋਂ ਤੁਸੀਂ ਕੈਂਪ? ਉੱਥੋਂ ਦੋ ਮਹੀਨੇ ਫਿਰਦੇ ਰਹੇ ਧੱਕੇ ਖਾਂਦੇ ਹੀ ਯੂਪੀ ਜੀ। ਫਿਰ ਜੀ ਐਲਾਨ ਲੱਗਿਆ ਹੁਣ ਉੱਥੇ ਕਿ ਜੀ ਜੋ ਪੰਜਾਬ ਦਾ ਜਿਹੜਾ ਬੰਦਾ ਆ ਨਾ, ਉਹ ਇੱਥੇ ਨਾ ਰਹਾ, ਉਹ ਪਾਕਿਸਤਾਨ ਜਾਏ। ਸਹੀ। ਤੇ ਕੈਂਪ ਲੱਗਿਆ ਫਿਰ ਕਿਹੜੀ ਜਗ੍ਹਾ ਤੇ? ਸ਼ਾਮਲੀ। ਸ਼ਾਮਲੀ? ਹਾਂ, ਉੱਥੇ ਕੈਂਪ ਲੱਗਾ। ਹਾਂ, ਬਾਗ ਦੇ ਵਿੱਚ, ਬਾਗ ਸੀ। ਕਿੰਨੇ ਦਿਨ ਰਹੇ ਕੈਂਪ ਦੇ ਵਿੱਚ? ਕੈਂਪ ਦੇ ਵਿੱਚ ਤਾਂ ਅਸੀਂ ਦਿਹਾੜੀ ਰਹੇ ਬਸ। ਉੱਥੋਂ ਫਿਰ ਗੱਡੀ ਦੇ ਵਿੱਚ ਬਾਗ ਬਾਗ ਹੈ ਨਾ, ਫਿਰ ਸਾਨੂੰ ਘੱਲਿਆ ਪਰਾ ਯੂਪੀ ਸੀ ਮੁਜ਼ੱਫਰਗੜ੍ਹ। ਮੁਜ਼ੱਫਰਗੜ੍ਹ ਗਏ ਤਾਂ ਉੱਥੇ ਫਿਰ ਗੱਡੀ ਤਿਆਰ ਖੜੀ ਬੰਦਿਆਂ ਦੀ ਭਰੀ ਬਿਲਕੁਲ ਫੁੱਲ ਬਹੁਤ ਦੇ ਵਿੱਚ ਸਾਨੂੰ ਤੁਮ ਛੱਡਿਆ। ਫਿਰ ਤੁਮ ਛੱਡਿਆ ਉੱਥੇ ਗੱਡੀ ਦੇ ਵਿੱਚ ਬਹਿ ਕੇ ਤੇ ਆਖਣ ਲੱਗੇ ਲੱਗੇ ਹੁਣ ਜਿੱਥੇ ਕੋਈ ਦੇ ਜਾਵੇ ਨਾ ਤੁਹਾਨੂੰ ਉਤਾਰਾਂਗਾ, ਉੱਥੇ ਉਤਰਿਆ ਜੇ ਆ ਜੀ, ਉਤਰਿਆ ਜੇ ਨਾ। ਬਸ ਅਸੀਂ ਤਾਂ ਗੱਡੀ ਜੀ ਬੈਠੇ ਤੋਂ ਗੁੱਜਰ ਖਾਨ ਜਾਏ। ਗੁੱਜਰ ਖਾਨ ਆ ਗਏ? ਹਾਂ, ਗੁੱਜਰ ਖਾਨ। ਫਿਰ ਸਾਨੂੰ ਉਤਾਰਿਆ ਪੁਲਿਸ ਨੇ ਉੱਥੋਂ ਉਤਾਰ ਕੇ ਤੇ ਫਿਰ ਕੈਂਪੀ ਚ ਬਿਠਾਇਆ। ਕੈਂਪੀ ਚ ਬਿਠਾਇਆ ਸਹੀ। ਰਾਤ ਹੀ ਰਾਤ ਰਹੇ ਅਸੀਂ ਤਾਂ ਕੈਂਪ ਦੇ ਵਿੱਚ। ਸਵੇਰੇ ਫਿਰ ਪਰਾ ਇੱਕ ਪਿੰਡ ਹੈ ਨਾਲ ਹੀ ਬੜਕੀ ਮਦਾਲ। ਬੜਕੀ ਮਦਾਲ? ਮਦਾਲ, ਹਾਂ। ਉੱਥੇ ਉਹਦੇ ਵਿੱਚ ਜਾ ਬੈਠੇ। ਸਹੀ। ਉਹ ਲੋਕ ਫਿਰ ਸਾਨੂੰ ਕੱਪੜੇ ਮੰਜੀ ਦੇਣ ਆਸਾਨੀ ਲਈ। ਸਹੀ। ਤੁਸੀਂ ਕਿਉਂ ਨਹੀਂ ਲਈ? ਬਈ ਜੇ ਤੁਸੀਂ ਇਹ ਮੰਜੀ ਬਿਸਤਰਾ ਲੈ ਲਿਆ ਨਾ ਤੇ ਤੁਹਾਨੂੰ ਨੀ ਫਿਰ ਇੱਥੋਂ ਜਾਣ ਦੇਣਾ ਕਿਸੇ ਨੇ। ਅੱਛਾ, ਤੁਸੀਂ ਇੱਥੇ ਰਹੋਗੇ? ਫਿਰ ਇੱਥੇ ਰਹੋਗੇ ਤੇ ਇਹ ਜਿਹੜਾ ਇਲਾਕਾ ਨਾ, ਇਹ ਇਲਾਕਾ ਚੰਗਾ ਨੀ, ਰੇਤਲਾ ਜਿਹਾ ਇਲਾਕਾ। ਹਾਂ, ਨਾ ਇੱਥੇ ਪਾਣੀ ਨਾ ਤਾਣੀ ਕੁਛ ਵੀ ਨੀ। ਫਿਰ ਅਸੀਂ ਉੱਥੋਂ ਉੱਠ ਕੇ ਜੀ ਫਿਰ ਇੱਥੇ ਵਾਪਸ ਆਏ ਸਾਂ ਇਸ ਪਿੰਡ ਦੇ ਵਿੱਚ। ਹਾਂ, ਸ਼ੇਰਾਕੋਟ ਰੱਖ ਲਓ ਜਾਓ, ਕੋਟ ਤੇ ਰੱਖ ਲਓ। ਅੱਛਾ ਜੀ, ਹੁਣ ਮੈਨੂੰ ਇਸ ਪਿੰਡ ਦੇ ਬਾਰੇ ਦੱਸੋ। ਹਾਂ, ਇੱਥੇ ਜਦੋਂ ਤੁਸੀਂ ਆਏ ਹੋ, ਹਾਂ, ਇੱਥੇ ਤੁਹਾਨੂੰ ਕਿਹੜੇ ਮਕਾਨ ਮਿਲੇ? ਸਾਨੂੰ ਸਾ ਕੋਠੀ ਮਿਲੀ ਸੀ, ਉਹ ਕੋਈ ਮਕਾਨ ਨਹੀਂ। ਕਿਹਦੀ ਕੋਠੀ ਹੈ ਜਿਹੜੀ ਹੈ ਬਾਹਰ ਤੁਹਾਡੇ ਪਿੰਡ ਦੇ ਵਿੱਚ ਹੈ? ਹੈ ਕਿਹਦੀ? ਕਿਹੜੇ ਬੰਦੇ ਦੀ? ਸਿੱਖ ਕਿਹੜੇ ਦੀ ਸੀ? ਇਹ ਉਹਦੀ ਸਰਦਾਰ ਮੰਗਲ ਸਿੰਘ ਦੀ ਸੀ। ਇਹਦੇ ਬਾਰੇ ਤੁਹਾਨੂੰ ਥੋੜਾ ਬਹੁਤ ਪਤਾ ਹੈ? ਇਹਦੇ ਬਾਰੇ ਸਾਨੂੰ ਕੀ ਪਤਾ ਹੋਣਾ ਸੀ। ਨਹੀਂ, ਜਦੋਂ ਆਏ ਉਹ ਨਵੀਂ ਬਣੀ ਸੀ, ਤਿਆਰ ਹੋਈ ਸੀ ਕਿ ਪੁਰਾਣੀ ਸੀ? ਉਦੋਂ ਵੀ ਪੁਰਾਣੀ ਸੀ, ਬਾਕੀ ਓਡੀ ਪੁਰਾਣੀ ਵੀ ਨਹੀਂ ਸੀ। ਕਿੰਨੀ ਕੁ ਜਗ੍ਹਾ ਦੇ ਵਿੱਚ ਸੀ ਇਹ ਕੋਠੀ? ਕਿੰਨੇ ਕੁ ਕਿੱਲਿਆਂ ਦੇ ਵਿੱਚ ਹੋਣੀ ਹੈ ਇਸ ਕੋਠੀ ਦਾ? ਤਾਂ ਰਕਮਾਂ ਦਾ ਚੋਖਾ ਹੀ ਆ, ਚਾਰ ਦੀਵਾਰੀ ਦੇ ਜੀ। ਮੈਂ ਸੁਣਿਆ 40 ਕਿੱਲਿਆਂ ਦੇ ਵਿੱਚ ਸੀ। ਉਹ 40 ਕਿੱਲੇ ਇਸ ਤਰ੍ਹਾਂ ਬਣ ਜਾਂਦੇ ਨੇ। ਹਾਂਜੀ, ਕੁਝ ਇਹ ਕੋਠੀ ਦਾ ਸੀ। ਹਾਂਜੀ, ਏਰੀਆ ਕੁਝ ਏਰੀਆ ਬਾਗ ਦਾ ਸੀ। ਅੱਛਾ, ਬਾਗ ਵੀ ਹੈ ਸੀ ਇੱਥੇ? ਬਾਗ ਸੀ ਇੱਥੇ ਬਹੁਤ ਬੜਾ। ਕਦ ਅੰਬਾਂ ਦਾ? ਅੰਬ ਵੀ ਸਨ, ਮਾਲਟੇ, ਸੰਤਰੇ, ਅਮਰੂਦ। ਸਹੀ ਸਹੀ, ਇਹੋ ਜਿਹਾ ਸੀ ਜ਼ਿਆਦਾ। ਅੱਛਾ, ਤੇ ਇਸ ਤਰ੍ਹਾਂ ਬਣ ਜਾਂਦਾ ਸੀ 40 ਕਿੱਲੇ? ਹਾਂ, ਇਸ ਤਰ੍ਹਾਂ 40। ਕਿੰਨੇ ਕੁ ਪਿੰਡਾਂ ਦਾ ਮਾਲਕ ਸੀ ਇਹ ਬੰਦਾ? ਉਹਨੇ ਪੱਕਾ ਤਾਂ ਪਤਾ ਸਾਨੂੰ ਵੀ, 12 ਪਿੰਡਾਂ ਦਾ ਮਾਲਕ ਦੱਸਦੇ ਨੇ ਸਰ। 12 ਪਿੰਡਾਂ ਦਾ? ਹਾਂ। ਤੁਸੀਂ ਕਿੰਨੇ ਸਾਲ ਰਹੇ ਹੋ ਕੋਠੀ ਦੇ ਵਿੱਚ? ਹੈਂ, ਕਿੰਨੇ ਸਾਲ ਰਹੇ ਹੋ ਕੋਠੀ ਦੇ ਵਿੱਚ? ਅਸੀਂ ਤਾਂ ਹੋਰ ਵੀ ਕੋਠੀ ਦੇ ਵਿੱਚ ਸਮਝ ਲਓ ਹੈ।
ਹਾਂ ਹੈ ਤੇ ਕੋਠੀ ਦੇ ਵਿੱਚ ਕਿੰਨੇ ਜਦੋਂ ਦੇ ਆਏ ਹੋ ਇੱਥੇ ਹੀ ਬੈਠੇ ਹੋ ਇੱਥੇ ਹੀ ਬੈਠੇ ਕਿੰਨੇ ਕਮਰੇ ਸੀ ਟੋਟਲ ਇਸ ਕੋਠੀ ਦੇ ਕੋਠੀ ਦੇ ਕਮਰੇ ਦਾ ਅਣਗਿਣਿਤ ਹੀ ਸਨ ਅੰਦਾਜ਼ਨ ਤੁਸੀਂ ਗਿਣਤੀ ਤਾਂ ਕੀਤੀ ਹੋਣੀ ਨਾ ਕਦੀ ਨਾ ਕਦੀ ਨਹੀਂ ਕੀਤੀ ਹੋਣਾ ਕਿ 50-60 ਕਮਰੇ ਹੋਣਗੇ ਇੰਨੇ ਕਮਰੇ ਹੈ ਸੀ ਹਾਂ ਹੋਣਗੇ ਥੋੜ੍ਹੇ ਛੋਟੇ ਬੜੇ ਕਮਰੇ ਬੜੇ ਸਨ ਡਬਲ ਮੰਜ਼ਿਲਾ ਸੀ ਇਸ਼ਕੀ ਦੇ 30 ਮੰਜ਼ਿਲਾ ਸਨ 3 ਮੰਜ਼ਿਲਾ ਹਾਂ ਅੱਛਾ 3 ਮੰਜ਼ਿਲਾ ਸੀ ਕਿੰਨੇ ਘਰ ਆ ਕੇ ਆਬਾਦ ਹੋਏ ਇਸ ਕੋਠੀ ਦੇ ਵਿੱਚ ਸਾਡਾ ਸਾਰਾ ਪਿੰਡ ਇਹਦੇ ਵਿੱਚ ਹੀ ਆਬਾਦ ਹੈ ਤੁਹਾਡਾ ਉਹ ਜਿਹੜਾ ਪਿੰਡ ਸੀ ਪਿਛਲਾ ਹਾਂ ਸਾਰਾ ਇਹਦੇ ਵਿੱਚ ਆ ਕੇ ਆਬਾਦ ਹੈ ਗੁਜਰਾਂ ਦੇ ਜਿੰਨੇ ਵੀ ਘਰ ਸੀ ਹਾਂ ਇਹ ਕੋਠੀ ਦੇ ਵਿੱਚ ਕਿੰਨੀਆਂ ਕੁ ਸੀ ਖੂਹ ਕਿੰਨੇ ਸਨ ਖੂਹ ਤੋਂ ਇੱਕ ਮਹੱਲੇ ਦੇ ਵਿੱਚ ਖੂਹ ਹੀ ਸੀ ਛੋਟੀ ਅੱਛਾ ਜੀ ਇੱਕ ਦੂਸਰੇ ਮਹੱਲੇ ਦੇ ਵਿੱਚ ਖੂਹ ਸੀ ਉਹਦੇ ਉੱਤੇ ਉਹ ਹਲਟ ਵੀ ਰੱਖਿਆ ਸੀ ਵਗਦਾ ਸੀ ਖੂਹ ਸਹੀ 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 ਅਤੇ ਬਾਕੀ ਆਲੇ ਦੁਆਲੇ ਪਿੰਡ ਦੇ ਵਿੱਚ ਖੂਹ ਹੈ ਸਨ ਡੇਰੇ ਹੈ ਸਨ ਇਸ ਪਿੰਡ ਦੇ ਹਾਂ ਕਿੱਡਾ ਕੁ ਵੱਡਾ ਪਿੰਡ ਸੀ ਜਦੋਂ ਤੁਸੀਂ ਇੱਥੇ ਆਏ ਹੋ ਕਿੰਨੇ ਕੁ ਘਰ ਸੀ ਇਸ ਪਿੰਡ ਦੇ ਇਹ ਵੱਖ ਕੋਠੀ ਜਿਹੜੀ ਸੀ ਨਾ ਹਾਂਜੀ ਇਹ ਸੀ ਵੱਖਰੀ ਪਿੰਡੋਂ ਹਾਂ ਪਿੰਡ ਸੀ ਵੱਖਰਾ ਸ਼ੇਰਾਕੋਟ ਜਿਹੜਾ ਅੱਛਾ ਸ਼ੇਰਾਕੋਟ ਇਸ ਸਾਈਡ 'ਤੇ ਸੀ ਚੜ੍ਹਦੇ ਪਾਸੇ ਸੀ ਕਿ ਲਹਿੰਦੇ ਪਾਸੇ ਸੀ ਅੱਛਾ ਲਹਿੰਦੇ ਪਾਸੇ ਅਤੇ ਕੋਠੀ ਅੱਗੇ ਚੜ੍ਹਦੇ ਪਾਸੇ ਸੀ ਹਾਂ ਇਹ ਸਿੱਖਦੀ ਸੀ ਨਾ ਅਤੇ ਉੱਥੇ ਜਿਹੜੇ ਉਹਦੇ ਮੁਜ਼ਾਰੇ ਬਜ਼ੁਰਗ ਥੇ ਉਹ ਬੈਠੇ ਕਹਿੰਦੇ ਉਹਨਾਂ ਨੇ ਮੁਜ਼ਾਰਿਆਂ ਨੂੰ ਆਪਣਾ ਹੁੰਦਾ ਇਹਦਾ ਕੋਠੇ ਬਣਾ ਕੇ ਦਿੱਤੇ ਸੀ ਘਰ ਬਣਾ ਕੇ ਹਾਂ ਇਸ ਕੋਠੀ ਦੇ ਨਾਲ ਮਤਲਬ ਕੋਠੀ ਦੇ ਨਾਲ ਸੀ ਉਸ ਪਿੰਡ ਦੇ ਵਿੱਚ ਅਤੇ ਦੂਸਰਾ ਫਿਰ ਨਾਲ ਉਹਨੂੰ ਨਵਾਂ ਪਿੰਡ ਰੱਖਦੇ ਸਨ ਹਾਂਜੀ ਉਹ ਪਿੰਡ ਸਾਰਾ ਉਹਨੇ ਬਣਾ ਕੇ ਦਿੱਤਾ ਸੀ ਉਹਨਾਂ ਨੂੰ ਉੱਥੇ ਵੱਸਦੇ ਸਨ ਇਹ ਜ਼ੈਲਦਾਰ ਸੀ ਬੰਦਾ ਜਿਹੜਾ ਮੰਗਲ ਸਿੰਘ ਜ਼ੈਲਦਾਰ ਇਹਦਾ ਭਣੇਵਾ ਸੀ ਹਾਂ ਉਹ ਉਹ ਜਿਹੜੀ ਇਹ ਕੋਠੀ ਪਿੰਡੀ 'ਚ ਵੀ ਹੈ ਉਹ ਉਸ ਕੋਠੀ 'ਚ ਹੁੰਦਾ ਸੀ ਅੱਛਾ ਇਹਦਾ ਭਣੇਵਾ ਹਾਂ ਅਤੇ ਇਹ ਆਪ ਜ਼ਿਮੀਦਾਰ ਸੀ ਕੋਈ ਵੱਡਾ ਹਾਂ ਵੱਡਾ ਜ਼ਿਮੀਦਾਰ ਸੀ 12 ਪਿੰਡਾਂ ਦਾ ਮਾਲਕ ਸੀ ਕਹਿੰਦੇ ਇਸ ਪਿੰਡ ਦੇ ਉੱਤੇ ਵੀ ਜਦੋਂ 47 ਦੀ ਵੰਡ ਹੋਈ ਹਮਲੇ ਹੋਏ ਇਸ ਪਿੰਡ ਦੇ ਉੱਤੇ ਹਮਲੇ ਹੋਏ ਸੀ ਖਬਰੇ ਸਾਨੂੰ ਕੀ ਪਤਾ ਅਸੀਂ ਤਾਂ ਆਪਣੇ ਪਿੰਡ 'ਚ ਨਹੀਂ ਜਦੋਂ ਤੁਸੀਂ ਇੱਥੇ ਆਏ ਹੋ ਤੁਹਾਨੂੰ ਇੱਥੋਂ ਦੇ ਬੰਦੇ ਜਿਹੜੇ ਨਾ ਸਾਨੂੰ ਤਾਂ ਨਹੀਂ ਕਿਸੇ ਇੱਥੇ ਇੰਨਾ ਬੰਦਾ ਇਕੱਠਾ ਹੋਇਆ ਸੀ ਦੁਆਲੇ ਦਾ ਇਸ ਕੋਠੀ ਦੇ ਵਿੱਚ ਕਿ ਜਿਹਦਾ ਕੋਈ ਆਸਾ ਸਾਹ ਵੀ ਨਹੀਂ ਸੀ ਜਦੋਂ ਤੁਸੀਂ ਇੱਥੇ ਆਏ ਹੋ ਅਸੀਂ ਉਦੋਂ ਫਿਰ ਤੁਰ ਗਏ ਨਾ ਉਹ ਅੱਛਾ ਸਿੱਖ ਆ ਕੇ ਇੱਥੇ ਬੈਠੇ ਸੀ ਹਾਂ ਲਾਂਬੋ ਚਾਂਬੋ ਉਹ ਕਹਿੰਦੇ ਸੀ ਨਾ ਕਿ ਇਸ ਉੱਚਾ ਬੰਦਾ ਹੈ ਹਾਂ ਬਚਾ ਲਏਗਾ ਹਾਂ ਬਚਾ ਲਏਗਾ ਕਹਿੰਦੇ ਇੱਥੇ ਵਾਵਾ ਬੰਦੇ ਮਰੇ ਵੀ ਸਨ ਮਰੇ ਫਿਰ ਉਹ ਬੰਦੇ ਇਸ ਤਰ੍ਹਾਂ ਇਹ ਫਿਰ ਇਹਨਾਂ ਦਾ ਜਿਹੜਾ ਤਾਰ ਸੀ ਨਾ ਟੈਲੀਫੋਨ ਦੀ ਹਾਂਜੀ ਉਹ ਟੈਲੀਫੋਨ ਦੀ ਤਾਰ ਮਡਿਆਲੇ ਦੇ ਸਨ ਦੋ ਬੰਦੇ ਉਹਨਾਂ ਨੇ ਵੜ ਛੱਡੀ ਸੀ ਅੱਛਾ ਇੱਥੇ ਟੈਲੀਫੋਨ ਵੀ ਲੱਗਾ ਸੀ ਉਸ ਜ਼ਮਾਨੇ 'ਚ ਹਾਂ ਉਸ ਜ਼ਮਾਨੇ 'ਚ ਵੀ ਟੈਲੀਫੋਨ ਸੀ ਇਹਦੇ ਕੋਠੀ ਦੇ ਵਿੱਚ ਹਾਂ ਜਨਰੇਟਰ ਸੀ ਹਾਂਜੀ ਜਨਰੇਟਰ ਵੀ ਸੀ ਉਸ ਜ਼ਮਾਨੇ ਵਿੱਚ ਜਨਰੇਟਰ ਵੀ ਸੀ ਬਿਜਲੀ ਵੀ ਸੀ ਬਿਜਲੀ ਵੀ ਸੀ ਫਲੈਸ਼ ਸਿਸਟਮ ਜਿਸ ਤਰ੍ਹਾਂ ਮਤਲਬ ਲੈਟਰ ਸੀ ਨਹੀਂ ਸੀ ਹਾਂਜੀ ਫਲੈਸ਼ ਸਿਸਟਮ ਕੋਠੀ ਦੇ ਵਿੱਚ ਹਾਂਜੀ ਪੁਰਾਣੀ ਵੈਰਿੰਗ ਹੋਈ ਹੈ ਬੜੀ ਅੱਛਾ ਪੁਰਾਣੀ ਵੈਰਿੰਗ ਵੀ ਹੋਈ ਸੀ ਸਾਰੀ ਅੱਛਾ ਤੇ ਉਹ ਬੰਦਾ ਫਿਰ ਆਪ ਚਲਾ ਗਿਆ ਇੱਥੋਂ ਆਪਣੀ ਫੈਮਿਲੀ ਨੂੰ ਲੈ ਕੇ ਆਪਣਾ ਸਮਾਨ ਲੈ ਕੇ ਮੰਗਲ ਸਿੰਘ ਉਹ ਮੰਗਲ ਸਿੰਘ ਜਿਹੜਾ ਸੀ ਨਾ ਉਹਦੀ ਧੀ ਵੀ ਆਈ ਸੀ ਇੱਕ ਉਹ ਇੰਡੀਆ ਦੇ ਵਿੱਚ ਹਾਂਜੀ ਉਹ ਉੱਥੇ ਗਿਆ ਸੀ ਆਪ ਤੇ ਅੱਛਾ ਵੈਸੇ ਹੀ ਗਿਆ ਸੀ ਫਿਰ ਹਾਂ ਤੇ ਉਹਦੇ ਦੋ ਪੁੱਤਰ ਸਨ ਉਹ ਇੱਥੇ ਹੀ ਸਨ ਹੋਇਆ ਨੀ ਹੋਰ ਸਾਰਾ ਕਬੀਲਾ ਉਹਦਾ ਇੱਥੇ ਸੀ ਅੱਛਾ ਸਾਰੇ ਫੈਮਿਲੀ ਉਹਦੀ ਇੱਥੇ ਸੀ ਆਪ ਇਕੱਲਾ ਗਿਆ ਸੀ ਹਾਂ ਤੇ ਫਿਰ ਉਹ ਵੀ ਵਿਚਾਰੇ ਮਾਰੇ ਮੂਰੇ ਗਏ ਜਦੋਂ ਨਿਕਲ ਕੇ ਟੁਰ ਪਏ ਇੱਥੋਂ ਉਹ ਜਦੋਂ ਤਾਰ ਖਤਮ ਹੋ ਗਈ ਨਾ ਹਾਂਜੀ ਫੋਨ ਫਾਨ ਨਾ ਆਏ ਹਾਂਜੀ ਅੱਗੇ ਤਾਂ ਫੋਨ ਸੂਨ ਆਉਂਦੇ ਰਹਿੰਦੇ ਸਨ ਨਾ ਹਾਂਜੀ ਤੇ ਉਹ ਫਿਰ ਰਾਤ ਨੂੰ ਨਿਕਲ ਕੇ ਟੁਰ ਪਏ ਇੱਥੋਂ ਅੱਛਾ ਉਹ ਜਿਹੜੇ ਮੰਗਲ ਸਿੰਘ ਦੀ ਫੈਮਿਲੀ ਹਾਂ ਉਹ ਵੀ ਤੇ ਹੋਰ ਜਿਹੜਾ ਮੁਲਕ ਇਕੱਠਾ ਹੋਇਆ ਸੀ ਇੱਥੇ ਸੁੱਖਾ ਸਾਰਾ ਅੱਛਾ ਉਹ ਇੱਧਰ ਗਏ ਨੇ ਇੱਥੇ ਸੱਚੇ ਸੌਦੇ ਹੈਂ ਕਹਿੰਦੇ ਸੱਚੇ ਸੌਦੇ ਨੂੰ ਗਏ ਆਹੋ ਉਹ ਸੱਚੇ ਸੌਦੇ ਨੂੰ ਟੁਰੇ ਫਿਰ ਸਹੀ 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 ਅੱਛਾ ਉਹ ਫਿਰ ਇੱਥੇ ਮਾਰੇ ਗਏ ਰਾਗ ਜੀ ਕੌਣ ਉਹ ਸਿੱਖ ਨਹੀਂ ਉਹ ਇਹਦੀ ਫੈਮਿਲੀ ਮਾਰੀ ਗਈ ਕਿ ਬਾਕੀ ਦੂਸਰੇ ਮਾਰੇ ਗਏ ਦੂਸਰੇ ਆਵਾਮ ਮਾਰੀ ਗਈ ਹਾਂ ਜੂਆਂ ਵਾਲੇ ਪਿੰਡ ਕਹਿੰਦੇ ਕਾਫੀ ਬੰਦਾ ਮਰਿਆ ਸੀ ਕਾਫੀ ਮਰਿਆ ਤੇ
ਮੁਸਲਮਾਨਾਂ ਦੇ ਵੀ ਉਸ ਟਾਈਮ ਬੜੇ ਮਰੇ ਸੀ, ਗੱਡੀਆਂ ਦੀਆਂ ਗੱਡੀਆਂ ਖਤਮ ਹੋਈਆਂ, ਹਾਂ ਮੁਸਲਮਾਨਾਂ ਦੇ ਵੀ ਉਹਦੇ ਬੜੇ ਮਰੇ, ਤੁਸੀਂ ਵੇਖੇ ਖੂਹਾਂ ਦੇ ਖੂਹ ਭਰੇ, ਬੰਦੇ ਆ ਵੇਖੇ ਖੂਹਾਂ ਦੇ ਖੂਹ ਤੇ ਨਹੀਂ, ਬਾਕੀ ਬੰਦੇ ਮਰੇ ਬਥੇਰੇ ਵੇਖੇ, ਗੱਡੀਆਂ ਵੱਡੀਆਂ ਹੋਈਆਂ, ਹਾਂ ਗੱਡੀਆਂ ਵੱਡੀਆਂ ਹੋਈਆਂ, ਬੜਾ ਨੁਕਸਾਨ ਹੋਇਆ, ਬੜਾ ਨੁਕਸਾਨ ਹੋਇਆ। ਤੇ ਹੁਣ ਇਸ ਪਿੰਡ ਦੇ ਵਿੱਚ ਲੰਬੜਦਾਰ ਕਿਹੜਾ? ਹੁਣ ਉੱਥੇ ਜੱਟ ਬਰਾਦਰੀ ਆ ਗਈ, ਫਿਰ ਇਹ ਨਾਲ ਹੀ ਹੋਰ ਕਮਰੇ ਸੜ ਗਏ, ਭਾ ਪਏ ਬਣੇ, ਉਹਦਾ ਫਿਰ ਉਹ ਬੈਠ ਗਏ। ਹੁਣ ਇਹ ਕੋਠੀ ਨੂੰ ਮੈਂ ਵੇਖਿਆ ਜਾ ਕੇ ਤੁਹਾਨੂੰ ਕਮਰੇ ਮਿਲੇ ਇੱਥੇ? ਕਮਰਾ ਮਿਲਿਆ ਸੀ, ਉਸ ਕਿੰਨੇ ਮਿਲੇ ਸੀ ਬਸ, ਠੀਕ ਹੋ ਗਿਆ ਜੀ ਬਜ਼ੁਰਗੋ, ਬੜੀ ਮਿਹਰਬਾਨੀ, ਅੱਛਾ ਜੀ, ਬਹੁਤ ਸ਼ੁਕਰੀਆ ਜੀ, ਤੁਹਾਨੂੰ ਸੇਧ ਦੇਵੇ, ਤੁਹਾਡਾ ਰੋਜ਼ਾ ਵੀ ਹੈ, ਤੁਹਾਡਾ ਟਾਈਮ ਇੰਨਾ ਅਸੀਂ ਲਿਆ, ਨਹੀਂ ਖੋਜ ਦੀ ਕੀ, ਬਹੁਤ ਮਿਹਰਬਾਨੀ, ਮੈਨੂੰ ਕੀ ਫਰਕ ਪਿਆ। ਮੈਂ